ਸਤਿ ਸ਼੍ਰੀ ਅਕਾਲ ਜੀ, ਮੈਂ ਹਰਮੁੱਲ ਫਾਜ਼ਿਲਕਾ ਅਤੇ ਤੁਸੀਂ ਦੇਖ ਰਹੇ ਹੋ ਉਸ ਪਰ ਨੈਟਵਰਕ। ਫਿਲਮ ਅਸ਼ਕੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਰਿਲੀਜ਼ ਹੋਣ ਤੋਂ 12 ਘੰਟੇ ਪਹਿਲਾਂ ਟ੍ਰੇਲਰ ਰਿਲੀਜ਼ ਕੀਤਾ ਗਿਆ। ਆਓ ਦੇਖਦੇ ਹਾਂ ਆਡੀਅੰਸ ਨੇ ਮਿਲ ਕੇ ਫਿਲਮ ਦੇ ਪ੍ਰਤੀ ਕੀ ਵਿਚਾਰ ਨੇ, ਲੈਂਦੇ ਆਡੀਅੰਸ ਤੋਂ ਰਿਵਿਊ। ਕਿੱਦਾਂ ਲੱਗਿਆ? ਬਹੁਤ ਵਧੀਆ। ਇਟ ਵਾਸ ਗੁੱਡ, ਇੰਟਰਸਟਿੰਗ, ਵੈਰੀ ਨਾਈਸ। ਬਹੁਤ ਸੋਹਣੀ, ਬਹੁਤ ਸੋਹਣੀ। ਅਮਰਿੰਦਰ ਗਿੱਲ ਭਾਅ ਜੀ ਨੂੰ ਬਹੁਤ ਬਹੁਤ ਮੁਬਾਰਕ ਹੈ ਸਾਡੇ ਵੱਲੋਂ। ਮਜ਼ਾ ਆ ਗਿਆ। ਬਹੁਤ ਸੋਹਣੀ ਮੂਵੀ ਹੈ। ਬਹੁਤ ਚਿਰ ਬਾਅਦ ਇੱਕ ਭੰਗੜੇ ਦੇ ਉੱਤੇ ਸਪੈਸ਼ਲੀ ਮੂਵੀ ਬਣੀ ਹੈ ਅਤੇ ਬਾਕੀ ਸਟੋਰੀ ਬਹੁਤ ਸੋਹਣੀ ਹੈ। ਬਾਕੀ ਅੱਜ ਕੱਲ੍ਹ ਜਿਹੜੀ ਆਪਾਂ ਮੂਵੀਜ਼ ਦੇਖਦੇ ਹਾਂ ਉਹਦੇ 'ਚ ਆਪਾਂ ਸਭ ਤੋਂ ਵਧੀਆ ਕੀ ਦੇਖਦੇ ਹਾਂ ਕਿ ਕੋਮੇਡੀ ਵਿੱਚ ਪਾਈ ਹੁੰਦੀ ਹੈ ਜਾਂ ਫਿਰ ਕੋਮੇਡੀ ਕਰਕੇ ਮੂਵੀ ਚੱਲ ਰਹੀ ਹੁੰਦੀ ਹੈ, ਤਾਂ ਸਟੋਰੀ ਵੀ ਹੈਗੀ ਹੈ। ਇਟਸ ਵੈਰੀ ਨਾਈਸ ਸਟੋਰੀ। ਬਾਕੀ ਭੰਗੜੇ ਨੂੰ ਕਾਫੀ ਪ੍ਰਮੋਟ ਕੀਤਾ, ਬਹੁਤ ਚਿਰ ਬਾਅਦ ਚੀਮਾ ਨੂੰ ਦੇਖ ਕੇ ਬਹੁਤ ਮਜ਼ਾ ਆਇਆ। ਵੈਰੀ ਗੁੱਡ ਮੂਵੀ, ਵੈਰੀ ਨਾਈਸ ਸੌਂਗ। ਅਸ਼ਕੇ, ਥੈਂਕ ਯੂ ਸੋ ਮਚ ਐਂਡ ਆਲ ਦਾ ਬੈਸਟ ਟੂ ਅਸ਼ਕੇ। ਅਸ਼ਕੇ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਵੀਰੇ। ਕਿੱਦਾਂ ਲੱਗੀ ਮੂਵੀ? ਮੇਰਾ ਬਹੁਤ ਵਧੀਆ ਸੀਰਾ ਫਿਲਮ ਰੇ। ਪੰਜ ਤੋਂ ਕਿੰਨੇ ਸਟਾਰ ਦੇਣਾ ਚਾਹੋਗੇ? ਮੇਰੇ 5 ਦੇ 5 ਵੀਰੇ। ਕਿੰਨੇ ਸਟਾਰ ਦੇਣਾ ਚਾਹੋਗੇ ਤੁਸੀਂ? ਬਹੁਤ ਵਧੀਆ ਜੀ। ਕਿੱਦਾਂ ਲੱਗੀ ਮੂਵੀ? ਬਹੁਤ ਵਧੀਆ ਜੀ। ਬਹੁਤ ਜੀ, ਜਿੱਤੇ ਸਾਲੇ ਦਾ ਸੋਹਣਾ ਰਿਸ਼ਤਾ ਦਿਖਾਇਆ ਫਿਲਮ ਦੇ ਵਿੱਚ। ਬਹੁਤ ਟਾਈਮ ਤੋਂ ਵੇਟ ਸੀ ਕਿ ਅਮਰਿੰਦਰ ਗਿੱਲ ਭਾਅ ਜੀ ਦੀ ਕੋਈ ਮੂਵੀ ਆਵੇ ਅਤੇ ਅਸੀਂ ਬਹੁਤ ਉਤਸ਼ਾਹ ਸੀ, ਅਮਰਿੰਦਰ ਗਿੱਲ ਭਾਅ ਜੀ ਬਹੁਤ ਵੱਡੇ ਫੈਨ ਆ। ਟ੍ਰੇਲਰ ਦੀ ਵੇਟ ਕੀਤੀ ਸੀ ਬਹੁਤ ਜ਼ਿਆਦਾ, ਪਰ ਰਾਤ ਨੂੰ ਟ੍ਰੇਲਰ ਦੇਖ ਕੇ ਫੇਰ ਹੀ ਨੀਂਦ ਆਈ ਸੀ, ਸੁਬਾ ਮੂਵੀ ਦੇਖਣ ਆ ਗਏ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਲੱਗੀ ਮੂਵੀ? ਬਹੁਤ ਸੋਹਣੀ। ਕਿੰਨੇ ਸਟਾਰ ਦੇਣਾ ਚਾਹੋਗੇ? 5 ਸਟਾਰ। ਬਹੁਤ ਵਧੀਆ ਫਿਲਮ ਆ ਬਾਈ ਯਾਰ, ਕੀ ਕਹਿਣਾ ਚਾਹੋਗੇ ਭੰਗੜੇ ਲਈ ਫਿਲਮ? ਹਾਂਜੀ ਹਾਂਜੀ ਬਾਈ, ਬਹੁਤ ਵਧੀਆ ਫਿਲਮ ਆ, ਬਹੁਤ ਘੈਂਟ ਫਿਲਮ ਆ। ਅਸ਼ਕੇ ਕਰਕੇ ਦੇਖਾ। ਅਸ਼ਕੇ ਮੈਂ ਤਾਂ ਦੱਸਾਂ ਜੋ 20 ਬਹੁਤ ਅੱਛੀ ਸੀ। ਕਿੰਨੇ ਸਟਾਰ ਦੇਣਾ ਚਾਹੋਗੇ 5 ਚੋਂ? ਹਾਂਜੀ, 5 ਚੋਂ ਕਿੰਨੇ ਸਟਾਰ ਦੇਣਾ ਚਾਹੋਗੇ? 5 ਸਟਾਰ। 5 ਸਟਾਰ, ਥੈਂਕ ਯੂ ਮੈਮ। ਬਹੁਤ ਵਧੀਆ ਜੀ, ਬਹੁਤ ਵਧੀਆ। ਕਿੰਨੇ ਸਟਾਰ ਦੇਣਾ ਚਾਹੋਗੇ 5 ਚੋਂ? 5 ਜੀ। ਅਸ਼ਕੇ ਕਰਕੇ ਦਿਖਾ ਦਿਓ। ਅਸ਼ਕੇ ਕਿੰਨੇ ਸਟਾਰ ਦੇਣਾ ਚਾਹੋਗੇ 5 ਚੋਂ? ਵੀਰੇ 5 ਚੋਂ 5। ਬਹੁਤ ਵਧੀਆ, ਬਹੁਤ ਵਧੀਆ ਫੈਮਿਲੀ ਵਾਲੀ ਮੂਵੀ ਸੀ, ਬਹੁਤ ਵਧੀਆ ਮੂਵੀ ਸੀ, ਵਧੀਆ ਲੱਗੀ। ਹਾਂਜੀ, ਅਸ਼ਕੇ ਕਰਕੇ ਦਿਖਾ ਦਿਓ ਥੋੜ੍ਹਾ ਜਿਹਾ। ਅਸ਼ਕੇ, ਥੈਂਕ ਯੂ। ਛੋਟੇ ਸਰਦਾਰ ਜੀ, ਕਿੱਦਾਂ ਲੱਗੀ ਮੂਵੀ? ਵਧੀਆ, ਅੱਛੀ ਲੱਗੀ। ਅੱਛੀ ਲੱਗੀ। ਕਿੰਨੇ 5 ਚੋਂ ਕਿੰਨੇ ਸਟਾਰ ਦੇਣਾ ਚਾਹੇਗਾ? 5 out of 5। ਨੱਚ ਕੇ ਦਿਖਾਵੇ ਮਾੜਾ ਜਿਹਾ, ਅਸ਼ਕੇ ਕਰਕੇ ਨਾਲ ਨੱਚ ਕੇ। ਬੋਲੇ ਬੋਲੇ, ਕਿੱਦਾਂ ਲੱਗੀ ਮੂਵੀ? ਅੱਛੀ ਲੱਗੀ, ਨਾਈਸ ਮੂਵੀ। ਕਿੰਨੇ ਸਟਾਰ ਦੇਣਾ ਚਾਹੋਗੇ 5 ਮੇ ਸੇ? ਆਈ ਵਿਲ ਗਿਵ 4 ਸਟਾਰ। 4 ਸਟਾਰ, ਯੈਸ, ਫੋਰ ਸ਼ੋਰ, ਫੋਰ ਅਮਰਿੰਦਰ ਗਿੱਲ। ਸੋ ਯਾ, ਤੁਸੀਂ ਕੀ ਕਹਿਣਾ ਚਾਹੋਗੇ ਮੂਵੀ ਲਈ? ਮੂਵੀ ਤਾਂ ਐਜ਼ ਇਨ ਮਤਲਬ ਓਬਵੀਅਸਲੀ ਇਟਸ ਅਬਾਊਟ ਦੀ ਪ੍ਰਮੋਸ਼ਨ ਆਫ ਭੰਗੜਾ, ਕਿ ਪੀਪਲ ਆਰ ਗੋਇੰਗ ਟੂਵਰਡਸ ਵੈਸਟਰਨਾਈਜ਼, ਸੋ ਇਟਸ ਪ੍ਰਮੋਟਿੰਗ ਭੰਗੜਾ ਐਕਚੁਅਲੀ। ਯਾ, ਸੋ ਇਨ ਫੈਕਟ ਆਈ ਵਾਸ ਸੇਇੰਗ ਇਟ ਟੂ ਮਾਈ ਸਨ ਕਿ ਮਤਲਬ ਵਿਲ ਯੂ ਜੁਆਇਨ ਅਕੈਡਮੀ ਨਾਓ? ਹੀ ਸੈਡ ਯੈਸ, ਆਈ ਵਿਲ ਜੁਆਇਨ ਭੰਗੜਾ ਅਕੈਡਮੀ। ਮੜੇ ਅਸ਼ਕੇ ਕਰਕੇ ਦਿਖਾ ਦਿਓ। ਅਸ਼ਕੇ ਮੈਨੂੰ, ਆਈ ਡੋਨਟ ਨੋ, ਅਸ਼ਕੇ ਕਿੱਦਾਂ ਲੱਗੇ? ਬਹੁਤ ਵਧੀਆ, ਬਹੁਤ ਵਧੀਆ, ਪੂਰਾ ਭੰਗੜਾ ਪੈ ਰਿਹਾ। ਅਮਰਿੰਦਰ ਗਿੱਲ ਬਾਰੇ ਕੀ ਕਹਿਣਾ ਚਾਹੋਗੇ? ਕਾਫੀ ਟਾਈਮ ਬਾਅਦ ਮੂਵੀ ਆ ਰਹੀ ਹੈ ਨਾ? ਹਾਂਜੀ, ਬਹੁਤ ਵਧੀਆ ਐਕਟਿੰਗ ਕੀਤੀ ਉਹਨਾਂ ਨੇ ਤੇ ਭੰਗੜਾ ਪੂਰਾ ਹੀ ਘੈਂਟ ਤਰੀਕੇ ਨਾਲ ਪਾਇਆ ਉਹਨਾਂ ਨੇ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਕੀਤਾ ਯਾਰ ਅਮਰਿੰਦਰ ਗਿੱਲ ਤਾਂ, ਬੜਾ ਸਿਰਾ ਕਰਾਇਆ ਹੋਇਆ। ਕਿੰਨੇ ਸਟਾਰ ਦੇਣਾ ਚਾਹੋਗੇ 5 ਚੋਂ? 5 ਤੇ 5 ਹੀ ਦੇਵਾਂਗੇ ਯਾਰ, 6 ਵੀ ਦੇ ਦਾਂਗੇ। 5 ਤੋਂ 10 ਦੇਣੇ ਜਾਊਂ, ਕਿਉਂਕਿ ਮੈਂ ਤਾਂ ਭੰਗੜਾ ਵੀ ਕਰਦਾ, ਬਹੁਤ ਵਧੀਆ ਲੱਗਾ ਜੀ, ਬਹੁਤ ਹੀ ਵਧੀਆ। ਇਹ ਸੀਗੀ ਆਪਣੀ ਅਮਰਿੰਦਰ ਗਿੱਲ ਦੀ ਮੂਵੀ ਅਸ਼ਕੇ। ਤੁਸੀਂ ਦੇਖਿਆ ਲੋਕਾਂ ਨੇ 5 ਸਟਾਰ ਦਿੱਤੇ, ਭੰਗੜੇ ਨੂੰ ਮੂਵੀ ਪ੍ਰਮੋਟ ਕਰਨ ਲਈ ਬਣਾਈ ਗਈ ਹੈ, ਮੂਵੀ ਬਹੁਤ ਸੋਹਣੀ ਬਣੀ ਹੈ ਅਤੇ ਆ ਰਿਹਾ ਜੀ ਮੂਵੀ ਦਾ ਪੋਸਟਰ, ਦੇਖ ਲਓ ਤੁਸੀਂ ਮੂਵੀ, ਕਹਿੰਦੇ ਬਹੁਤ ਸੋਹਣੀ ਹੈ ਅਤੇ ਸਾਰੇ ਨੇ ਮੂਵੀ ਜ਼ਰੂਰ ਦੇਖ ਕੇ ਆਉਣੀ ਹੈ। ਥੈਂਕ ਯੂ ਬਾਈ ਅਸ਼ਕੇ।